आने वाले थे मेरे बुजुर्गों, नौजवान वीरों, प्यारे बच्चों, सब तो पहला फतेह अर्ज करते हैं। वाहेगुरु जी का खालसा, श्री वाहेगुरु जी की फतेह। मेरे नाल सुबह तो इस काफले की अगवाई कर रहे साढ़े अंकल सरदार सुदर्शन सिंह जी मराठ साहब एक्स MLA, बहुत ही सत्कारयोग एक्स MLA सरदार हरनिरपाल सिंह जी कुक्कू साहिब, बहुत ही सत्कारयोग साबका प्रधान जिन्हों के सपुत्र चुनाव लड़ रहे हैं सरदार गुरसत सिंह जी बड़ा साहिब, बहुत ही सत्कारयोग सरदार मेरे मामा जी सरदार हरचंद सिंह जी बराड़ सोथा साहिब, बहुत ही सत्कारयोग सरदार शमशेर सिंह जी भाई साहब के सपुत्र सरदार गोगी भाई साहिब, बहुत ही सत्कारयोग जोग जवारेवाला साहिब गुरदास वधाई साहिब, तमाम होर आगू साहबान और हेमत ओगले जी, आ जरा मुंडा बिच बैठा है खट्टी जे उड़ते वाला महाराष्ट्र तो आया है, महाराष्ट्र से ऑल इंडिया यूथ कांग्रेस का सचिव है, पंजाब का इंचार्ज है और इन्होंने भीनी नू टिकट दवाई है ऑल इंडिया यूथ कांग्रेस के साथी दे। मैं धन्यवाद हेमत ओगले जी का कि अज उन्हां दी चोन मुहिम दे विच आए हैं। भैया माइक में गड़बड़ है कोई तेरी, फिर हूं के देगा मां आ पक्का भी बंद कर, पक्का साइड पे बंद ही कर, बंद ही कर, चू चू की आवाज आ रही है। हेलो हेलो, ਤਮਾ ਤੂੰ ਬਾਗਲਾ ਨੂੰ ਵਾਵਾ ਕਰ ਰਿਹਾ ਤੇ ਇਹਦੀ ਵੀ। ਹੈਲੋ, ਸੋ ਅੱਜ ਤੁਹਾਡੇ ਦਰਮਿਆਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟ ਮੰਗਣ ਵਾਸਤੇ ਆਏ ਹਾਂ। ਜ਼ਿਲ੍ਹਾ ਪ੍ਰੀਸ਼ਦ ਸਿਮਰਜੀਤ ਸਿੰਘ ਜੀ ਭੀਨਾ ਖੜੇ ਹੈ ਤੇ ਬਲਾਕ ਸੰਮਤੀ ਦੀ ਸਾਡੀ ਉਮੀਦਵਾਰ ਸੁਰਜੀਤ ਕੌਰ ਉਹ ਖੜੇ ਨੇ। ਸੋ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਆਉਣ ਵਾਲੀ 19 ਤਰੀਕ ਨੂੰ ਪੱਜੇ ਦਾ ਬਟਨ, ਪੰਜੇ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਤੁਸੀਂ ਜਿਤਾਉਣ ਦੀ ਕਿਰਪਾਲਤਾ ਕਰਨੀ। ਹੁਣ ਤੁਸੀਂ ਸਵਾਲ ਕਰ ਰਹੇ ਹੋਵੋਗੇ ਕਿ ਰਾਜਾ ਵੜਿੰਗ ਸਾਡੇ ਪਿੰਡ 'ਚ ਕੀ ਕਰਦਾ ਹੈ। ਬਈ ਸਾਰੇ ਲੀਡਰ ਆ ਗਏ, ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਪਹਿਲਾਂ ਰਹੇ ਹੁਣ ਵਾਲੇ ਸਾਰੇ ਅੱਜ ਮੰਚ ਤੇ ਬੈਠੇ ਹੈ। ਯਾਰ ਮੈਂ ਇਸ ਕਰਕੇ ਆਇਆ ਕਿ ਮੈਨੂੰ ਪਤਾ ਲੱਗਿਆ ਵੀ ਸਾਹਮਣੇ ਮਨਜਿੰਦਰ ਬਿੱਟੂ ਖੜਾ ਹੋਇਆ, ਮੈਂ ਇਸ ਕਰਕੇ ਆਪਦੀ ਡਿਊਟੀ ਵਜਾਉਣ ਆਇਆ, ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਨ ਵਾਸਤੇ ਆਇਆ ਕਿ ਅੱਜ ਉਹ ਬੰਦਾ ਚੁਣਾਵ ਲੜ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਹੈ। ਲਬਾਣੇ ਵਾਲੀ ਵਾਲਿਓ, ਅੱਜ ਗੱਲ ਸੜਕਾਂ ਦੀ ਨਹੀਂ ਹੈ, ਅੱਜ ਗੱਲ ਪੈਨਸ਼ਨਾਂ ਦੀ ਨਹੀਂ ਹੈ, ਅੱਜ ਗੱਲ ਝੋਨੇ ਦੀ ਨਹੀਂ ਹੈ, ਅੱਜ ਲੜਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜਾਈ ਹੈ। ਸਾਨੂੰ ਕਹਿ ਗਏ ਸੀ ਕਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਅੱਜ ਸਾਡੇ ਪਿਓ ਦੀ ਤੇ ਅੱਜ ਸਾਡੇ ਗੁਰੂ ਦੀ ਲੜਾਈ ਹੈ। ਮੈਂ ਇਸ ਕਰਕੇ ਲਬਾਣੇ ਵਾਲੀ ਹੈ, ਕਿਉਂ ਆਇਆ ਲਬਾਣੇ ਵਾਲੀ, ਕਿਉਂਕਿ ਗਿਆਨੀ ਗੁਰਬਚਨ ਸਿੰਘ ਜੀ ਦਾ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਸੁਪੁੱਤਰ ਮਨਜਿੰਦਰ ਸਿੰਘ ਬਿੱਟੂ ਲੜ ਰਿਹਾ ਚੁਣਾਵ।
ਇਹਨਾਂ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਤੇ ਸਿੱਖੀ ਦਾ ਕਾਹਨ ਕੀਤਾ ਹੋਵੇ ਉਹ ਚੋਣ ਲੜਨ ਦੇ ਹੱਕਦਾਰ ਨਹੀਂ ਹਨ ਮੇਰੇ ਸਤਿਕਾਰਯੋਗ ਭਰਾਓ। ਅਕਾਲ ਤਖ਼ਤ ਦਾ ਜਥੇਦਾਰ ਸਰਦਾਰ ਗਿਆਨੀ ਗੁਰਬਚਨ ਸਿੰਘ ਜੀ ਤੇ ਉਹਨਾਂ ਦਾ ਸਪੁੱਤਰ ਪਸ਼ੂਆਂ ਦੀ ਮੰਡੀਆਂ ਦਾ ਠੇਕਾ ਮਨਜਿੰਦਰ ਬਿੱਟੂ ਕੋਲੇ ਹੋਵੇ, ਇਹ ਉਹ ਗੱਲ ਲੱਗਦੀ ਹੈ ਵੀ ਗੁਰਦੁਆਰੇ ਦਾ ਗ੍ਰੰਥੀ ਹੋਵੇ ਤੇ ਸ਼ਾਮ ਨੂੰ ਠੇਕੇ ਤੇ ਬੈਠਾ, ਇਹ ਸ਼ੋਭਾ ਨਹੀਂ ਦਿੰਦੀ। ਪਸ਼ੂਆਂ ਦੇ ਮੁੰਡੇ ਪਸ਼ੂਆਂ ਦੀ ਮੰਡੀਆਂ ਦਾ ਠੇਕਾ, ਢੱਠਿਆਂ ਦਾ ਠੇਕਾ, ਬੱਚਿਆਂ ਦਾ ਠੇਕਾ ਗਿਆਨੀ ਗੁਰਬਚਨ ਸਿੰਘ ਜੀ ਦੇ ਮੁੰਡੇ ਕਿਉਂ ਇਹ ਸ਼ੋਭਾ ਦਿੰਦੀ ਹੈ ਗੱਲ? ਸੋ ਮੇਰੇ ਸਤਿਕਾਰਯੋਗ ਭਰਾਓ, ਮੈਂ ਇਸ ਕਰਕੇ ਅੱਜ ਤੁਹਾਡੇ ਕੋਲ ਆਇਆ, ਮੈਂ ਇਸ ਕਰਕੇ ਆਇਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਅੰਗ ਗਲੀਆਂ ਚ ਖਿਲਾਰੇ ਗਏ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰੂੜੀਆਂ ਤੇ ਪਾੜ ਪਾੜ ਕੇ ਸਿੱਟਿਆ, ਉਦੋਂ ਗਿਆਨੀ ਗੁਰਬਚਨ ਸਿੰਘ ਜੀ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਹੋਵੇ ਅਕਾਲ ਤਖ਼ਤ ਦਾ ਜਥੇਦਾਰ, ਘਟਨਾ ਵਾਪਰੀ ਹੋਵੇ ਪੰਜਾਬ, ਇਹਨਾਂ ਚੋਂ ਇੱਕ ਇਨਸਾਨ ਨਾ ਮਨਜਿੰਦਰ ਬਿੱਟੂ ਤੇ ਨਾ ਗਿਆਨੀ ਗੁਰਬਚਨ ਸਿੰਘ ਬਹਿਬਲ ਕਲਾਂ ਸਿੱਖਾਂ ਦਾ ਪਤਾ ਲੈਣ ਨਹੀਂ ਆਏ ਤੇ ਨਾ ਅਫਸੋਸ ਕਰਨ ਆਏ। ਮੈਨੂੰ ਇਸ ਗੱਲ ਦਾ ਦੁੱਖ ਆਪਦੇ ਫਤਵੇ ਆਪਦੇ ਕਮਰੇ ਚ ਬਹਿ ਕੇ ਇੱਕ ਚਿੱਠੀ ਆਇਆ ਕਰਦੀ ਹੈ ਬਾਦਲ ਦੀ, ਜੋ ਚਿੱਠੀ ਆ ਜਾਂਦੀ ਹੈ ਉਹਦੇ ਤੇ ਗਿਆਨੀ ਗੁਰਬਚਨ ਸਿੰਘ ਜੀ ਮੋਹਰ ਲਾ ਦਿੰਦੇ ਹੈ। ਗਿਆਨੀ ਗੁਰਬਚਨ ਸਿੰਘ ਜੀ ਨੇ ਅਕਾਲ ਤਖ਼ਤ ਦਾ ਜਥੇਦਾਰ ਹੋ ਕੇ ਕੰਮ ਨਹੀਂ ਕੀਤਾ, ਮੈਨੂੰ ਇਉਂ ਲੱਗਦਾ ਜਿਵੇਂ ਬਾਦਲ ਵਾਲਿਆਂ ਦਾ ਮਨੀਮ ਬਣ ਕੇ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਦੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਜੇ ਮੈਂ ਗੱਲ ਝੂਠ ਬੋਲ ਰਿਹਾ ਤਾਂ ਤੁਸੀਂ ਸਾਰੇ ਜਾਣੇ ਮੈਨੂੰ ਸਵਾਲ ਕਰ ਸਕਦੇ ਹੋ ਲਬਾਣੇ ਵਾਲੀ ਗੱਲ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਸਲਾ ਹੈ, ਅੱਜ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਲੋਕਾਂ ਦੇ ਵਿੱਚ ਜਾ ਰਹੇ ਨੇ, ਤੁਹਾਡੇ ਪਿੰਡ ਵੀ ਰੋਜ਼ੀ ਬਰਕੰਦੀ ਆਇਆ ਹੋਣਾ ਔਰ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ, ਸਾਡੇ ਤੇ ਤੋਹਮਤਾਂ ਲੱਗ ਰਹੀਆਂ ਹਨ, ਅਸੀਂ ਕੁਝ ਨਹੀਂ ਕੀਤਾ, ਕਾਂਗਰਸ ਪਾਰਟੀ ਅੱਗ ਨਾਲ ਖੇਡ ਰਹੀ ਹੈ। ਪਰ ਮੈਂ ਤਿੰਨਾਂ ਸਵਾਲਾਂ ਦੇ ਜਵਾਬ ਪ੍ਰਕਾਸ਼ ਸਿੰਘ ਬਾਦਲ ਤੋਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ। ਪਹਿਲਾ ਸਵਾਲ ਮੈਨੂੰ ਤੁਸੀਂ ਦੱਸ ਦਿਓ ਲਬਾਣੇ ਵਾਲੀ ਆ ਰਹੇ ਹੋ, ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਕਿ ਨਹੀਂ ਹੋਈ? ਕਾਂਗਰਸ ਝੂਠ ਬੋਲਦੀ ਹੈ, 100 ਤੋਂ ਵੱਧ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੱਤਰੇ ਖਿਲਾਰੇ, ਅੰਗ ਖਿਲਾਰੇ, ਇਹ ਕੋਈ ਝੂਠ ਹੈ? ਕੋਟਕਪੂਰੇ ਬੈਠੀਆਂ ਸੰਗਤਾਂ ਨੂੰ ਜਿਹੜੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ, ਸੁਬਾ 6 ਵਜੇ ਘੋੜਾ ਪੁਲਿਸ ਨੇ ਪਾਣੀ ਦੀਆਂ ਪਛਾੜਾਂ, ਅਥਰੂ ਗੈਸ ਦੇ ਗੋਲੇ, ਲਾਠੀ ਚਾਰਜ ਔਰ ਕਈਆਂ ਦੀਆਂ ਪੱਗਾਂ ਲੈ ਗਈਆਂ, ਕਈਆਂ ਦੇ ਲੱਕ ਟੁੱਟ ਗਏ, ਕਈਆਂ ਦੀਆਂ ਅੱਖਾਂ ਨਿਕਲ ਗਈਆਂ। ਇਹ ਭਾਣਾ ਵਾਪਰਿਆ ਕੋਟਕਪੂਰਾ ਚੌਂਕ ਚ ਕੇ ਕਾਂਗਰਸ ਪਾਰਟੀ ਝੂਠ ਬੋਲ ਰਹੀ? ਇਹ ਹੋਈ ਗੱਲ ਕਿ ਝੂਠ ਬੋਲਦੇ ਹੈ? ਬੋਲਦੇ ਨਹੀਂ ਤਾਂ ਬਣੇ ਵਾਲੀ ਗੱਲ, ਤੁਸੀਂ ਤਾਂ ਕਮਾਲ ਕਰਦੇ ਹੋ ਯਾਰ, ਕਿਹੜੇ ਗੁਰੂ ਦੇ ਸਿੱਖ ਹੋ ਜਿਹੜੇ ਹੰਗਾਰਾ ਹੀ ਨਹੀਂ ਭਰਦੇ ਤੁਸੀਂ? ਕੋਟਕਪੂਰਾ ਚੌਂਕ ਚ ਘਟਨਾ ਵਾਪਰੀ ਕਿ ਨਹੀਂ ਵਾਪਰੀ? ਮੈਂ ਝੂਠ ਬੋਲਦੇ? ਅਗਲੀ ਗੱਲ, ਬਹਿਬਲ ਕਲਾਂ ਦੋ ਵਿਅਕਤੀਆਂ ਦੀ ਮੌਤ ਹੋ, ਆਪਦੇ ਗੁਰੂ ਦੀ ਲੜਾਈ ਲੜਨ ਗਏ, ਦੋ ਵਿਅਕਤੀਆਂ ਦੀ ਮੌਤ ਹੋ ਗਈ, ਇੱਕ 23 ਸਾਲ ਦਾ ਸੀ ਔਰ ਦੂਜਾ 45 ਸਾਲ ਦਾ ਸੀ,
ਔਰ ਜਿਹੜਾ 45 ਸਾਲ ਦਾ ਸੀ ਉਹ ਉੱਥੇ ਲੰਗਰ ਵਰਤਾ ਰਿਹਾ ਸੀ, ਉਹਦਾ ਬਾਪ ਵੀ ਉੱਥੇ ਸੀ। ਜਦੋਂ ਗੋਲੀ ਚੱਲੀ ਯਾਰ ਬਾਈ ਠੰਡੇ ਠੰਡੇ ਰਹਿਣ ਦੇ, ਹੈਲੋ ਚੁੱਪ ਕਰ ਦੇ। ਜਦੋਂ ਗੋਲੀ ਚੱਲੀ ਤੇ ਬਾਪ ਭੱਜ ਕੇ ਆਪਦੇ ਮੁੰਡੇ ਦੇ ਵੱਲ ਗਿਆ, ਮੁੰਡੇ ਨੂੰ ਵੇਖਣ ਲੱਗਿਆ ਕਿ ਮੈਂ ਮੁੰਡੇ ਨੂੰ ਵੀ ਨਾਲ ਲੈ ਕੇ ਉੱਠ ਜਾ, ਤੇ ਮੁੰਡਾ ਲੰਮਾ ਪਿਆ, ਮੁੰਡਾ ਲੰਮਾ ਪਿਆ ਤੇ ਮੁੰਡੇ ਦਾ ਢਿੱਡ ਫਟਿਆ ਪਿਆ, ਖੂਨ ਵਗੀ ਜਾਂਦਾ ਹੈ, ਮੈਲਾ ਵਗੀ ਜਾਂਦਾ ਹੈ। ਤੇ ਉਹਨੇ ਆਪਦੀ ਪੱਗ ਲਾ ਲਈ ਤੇ ਪੱਗ ਲਾ ਕੇ ਮੁੰਡੇ ਦੇ ਢਿੱਡ ਦੇ ਦੁਆਲੇ ਬੰਨ ਲਈ ਕਿ ਮੈਂ ਮੁੰਡੇ ਦਾ ਢਿੱਡ ਬੰਨ ਲਾ, ਮੈਲਾ ਨਾ ਵਗ ਜੇ, ਖੂਨ ਨਾ ਵਗ ਜੇ, ਖਬਰ ਹੈ ਮੇਰੇ ਮੁੰਡੇ ਦੀ ਜਾਨ ਬਚ ਗਈ। ਲੇਕਿਨ ਹੋਇਆ ਕਿ ਜਦੋਂ ਮੁੰਡੇ ਨੂੰ ਚੱਕਣ ਲੱਗਿਆ ਤੇ ਮੁੰਡੇ ਦੀ ਮੌਤ ਹੋ ਗਈ। ਮੁੰਡਾ ਪਾਣੀ ਦੇ ਕਬਜ਼ੇ ਤੇ ਨਹੀਂ ਗਿਆ ਸੀ, ਮੁੰਡਾ ਜ਼ਮੀਨ ਦੇ ਕਬਜ਼ੇ ਤੇ ਨਹੀਂ ਗਿਆ ਸੀ, ਆਪਦੇ ਗੁਰੂ ਦੀ ਲੜਾਈ ਲੜਨ ਗਏ, ਸਿੰਘਾਂ ਨੂੰ ਪ੍ਰਸ਼ਾਦਾ ਛਕਾ ਰਿਹਾ ਸੀ। ਜਦੋਂ ਪੁਲਿਸ ਦੇ ਉਹਨਾਂ ਲੋਕਾਂ ਨੇ ਉਹਨਾਂ ਦੇ ਢਿੱਡ ਚ ਬ੍ਰਸਟ ਮਾਰੇ, ਅਸੀਂ ਬਾਦਲ ਨੂੰ ਕੀ ਪੁੱਛਿਆ ਰਿਪੋਰਟ, ਬਾਦਲ ਸਾਹਿਬ ਇਹ ਦੱਸੋ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ? ਬਾਦਲ ਸਾਹਿਬ ਨੇ ਬਿਆਨ ਦਿੱਤਾ 4 ਦਿਨ ਪਹਿਲਾਂ ਕਿ ਮੈਂ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਤੇ ਅਸੀਂ ਜਵਾਬ ਕੀ ਕਹਿੰਦੇ? ਅਸੀਂ ਆਖਿਆ ਜੇ ਤੁਸੀਂ ਹੁਕਮ ਨਹੀਂ ਦਿੱਤੇ, ਜੇ ਤੁਸੀਂ ਹੁਕਮ ਨਹੀਂ ਦਿੱਤੇ ਤੇ ਜਿਨ੍ਹਾਂ ਨੇ ਗੋਲੀ ਚਲਾਈ, ਬਾਦਲ ਸਾਹਿਬ ਤੁਸੀਂ ਮੁੱਖ ਮੰਤਰੀ ਸੀ, ਡਿਪਟੀ ਮੁੱਖ ਮੰਤਰੀ ਮੁੰਡਾ ਸੀ, ਗ੍ਰਹਿ ਮੰਤਰੀ ਸੀ, ਤੁਸੀਂ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ? ਅਣਪਛਾਤੇ ਲੋਕਾਂ ਤੇ ਪਰਚਾ ਦੇਤਾ, ਕਾਰਵਾਈ ਨਹੀਂ ਕੀਤੀ। 2 ਸਿੰਘ ਮਰ ਗਏ ਭੰਗ ਦੇ ਭਾਣੇ, 2 ਜੀ ਮਰ ਗਏ, ਮਾਵਾਂ ਦੇ ਪੁੱਤ ਮਰ ਗਏ, ਕਈਆਂ ਦੇ ਬਾਪ ਮਰ ਗਏ, ਲੇਕਿਨ ਬਾਦਲ ਨੇ ਪਰਚਾ ਨਹੀਂ ਦਿੱਤਾ। ਆ ਹੁਣ ਕਾਂਗਰਸ ਪਾਰਟੀ ਨੇ ਆ ਕੇ 302 ਦਾ ਪਰਚਾ SSP SP DSP ਤੇ ਸਾਰੀ ਪੁਲਿਸ ਤੇ ਕਾਂਗਰਸ ਪਾਰਟੀ ਨੇ ਪਰਚਾ ਦਿੱਤਾ। ਅਸੀਂ ਰੌਲਾ ਕੀ ਹੈ? ਜੇ ਬਾਦਲ ਪੁਲਿਸ ਤੇ ਪਰਚਾ ਦਿੰਦਾ ਤਾਂ ਪੁਲਿਸ ਨੇ ਕਹਿਣਾ ਸੀ ਕਿ ਗੋਲੀ ਤਾਂ ਬਾਦਲ ਸਾਹਿਬ ਤੁਸੀਂ ਚਲਾਈ ਹੈ, ਪਰਚਾ ਸਾਡੇ ਤੇ ਦਿੰਦੇ ਹੋ, ਇਸ ਕਰਕੇ ਕੇਸ CBI ਨੂੰ ਦੇਤਾ। ਤੇ CBI 30 ਸਾਲ ਫੈਸਲਾ ਨਹੀਂ ਕਰਦੀ, ਤੇ ਉਦੋਂ ਨੂੰ ਬਜ਼ੁਰਗ ਜੇ ਮਰ ਜਾਣਗੇ, ਨਵੇਂ ਜੰਮ ਪੈਣਗੇ ਤੇ ਲੋਕ ਇਹ ਕਾਂਡ ਤੇ ਘਟਨਾ ਭੁੱਲ ਜਾਣਗੇ। ਇਹ ਬਾਦਲ ਸਾਹਿਬ ਦੀ ਛਾਲ ਸੀ। ਤੇ ਹੁਣ ਪੁਲਿਸ ਦੇ ਮੁਖੀ ਨੇ ਜਿਹੜਾ ਸੁਨੀਲ ਸੈਣੀ ਹੈ, ਪੁਲਿਸ ਦੇ ਮੁਖੀ ਨੇ ਐਫੀਡੇਵਿਟ ਲਾਤਾ, ਐਫੀਡੇਵਿਟ ਕਹਿੰਦਾ ਮੈਨੂੰ ਗੋਲੀ ਚਲਾਉਣ ਦੇ ਹੁਕਮ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ। ਪ੍ਰਕਾਸ਼ ਸਿੰਘ ਬਾਦਲ ਇਸ ਕਰਕੇ ਜਨਤਾ ਦੀ ਕਚਹਿਰੀ ਚ ਅੱਜ ਰੌਲਾ ਪਾ ਰਹੇ ਹਨ ਕਿ ਮੇਰਾ ਜਿਹੜਾ ਚਿਹਰਾ ਸੀਗਾ, ਜਿਹੜਾ ਪੰਥਕ ਮੈਂ ਗੱਲ ਕਰਦਾ ਸੀ, ਜਿਹੜਾ ਮੈਂ ਕਹਿੰਦਾ ਸੀ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਮਾਰੂ ਪਾਰਟੀ ਹੈ, ਕਾਂਗਰਸ ਪਾਰਟੀ ਸਿੱਖਾਂ ਦੇ ਅਤਿਆਚਾਰ ਕਰਦੀ ਹੈ, ਅੱਜ ਮੇਰਾ ਅਸੀਂ ਚਿਹਰਾ ਹਿੰਦੁਸਤਾਨ ਦੇ ਦੁਨੀਆਂ ਦੇ ਰਹਿੰਦੇ ਸਿੱਖਾਂ ਨੂੰ ਪਤਾ ਲੱਗ ਗਿਆ। ਹੁਣ ਮੈਨੂੰ ਕਿਸੇ ਨੇ ਵੋਟ ਨਹੀਂ ਪਾਉਣੀ, ਹੁਣ ਲੋਕਾਂ ਨੂੰ ਅਸਲੀਅਤ ਪਤਾ ਲੱਗ ਗਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇ ਸਿੱਖਾਂ ਦੇ ਅਸਲੀ ਦੋਸ਼ੀ ਬਾਦਲ ਪਰਿਵਾਰ ਵਾਲੇ ਹੈ। ਰੌਲਾ ਪਾਉਂਦਾ ਬਾਦਲ ਨੂੰ ਅਸੀਂ ਜੇਲ੍ਹ ਨਹੀਂ ਭੇਜਣਾ ਚਾਹੁੰਦੇ, ਬਾਦਲ ਸਾਹਿਬ ਨੂੰ ਕੋਈ ਪਰਚਾ ਨਹੀਂ ਦੇਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਪੰਜਾਬ ਦੇ ਸਿੱਖਾਂ ਨੂੰ ਮੂਰਖ ਬਣਾ ਕੇ, ਪੰਥ ਕਹਿ ਕੇ, ਪੰਥ ਦਾ ਬਾਦਸ਼ਾਹ ਦੇ ਕੇ ਵੋਟਾਂ ਮੰਗੇ। ਅੱਜ ਉਹਨਾਂ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਸ਼ੀ। ਇਸ ਗੱਲ ਦਾ ਰੌਲਾ ਮੇਰੇ ਸਰਕਾਰੀ ਉਪਰਾਓ, ਔਰ ਇਹ ਗੱਲ ਸੱਚ ਵੀ ਹੈ। ਮੈਨੂੰ ਇੱਕ ਗੱਲ ਦੱਸ ਦਿਓ, ਬੱਕਰੀ ਮਰ ਜੇ ਤਾਂ ਬਾਦਲ ਵਾਲੀ ਬਹਿਣ ਆ ਜਾਂਦੇ ਆ ਵੀ ਫਲਾਣੇ ਸਾਡੇ ਸਰਪੰਚ ਕੀ ਬੱਕਰੀ ਮਰ ਗਈ। ਇਹ ਨਹੀਂ ਇਹ ਗੱਲ ਕਿ ਝੂਠੀ ਹੈ,
ਮੈਂ ਮਰ ਜੇ ਤਾਂ ਬਾਦਲ ਵਾਲੇ ਬਹਿਣ ਆ ਜਾਂਦੇ ਵੀ ਸਾਡੇ ਸਰਪੰਚ ਦੀ ਮੈਂ ਮਰ ਗਈ, ਹੋਰ ਸਰਪੰਚਾਂ ਬੜਾ ਅਫਸੋਸ ਹੈ। ਇਹ ਗੱਲ ਇਹ ਧਾਰਨਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਸਿੱਖ ਮਰ ਕੇ 40 ਦਿਨ ਧਰਨੇ ਤੇ ਬੈਠੇ ਰਹੇ, ਬਾਦਲ ਚੰਡੀਗੜ੍ਹ ਚੱਲ ਕੇ ਨਹੀਂ ਆ ਸਕਿਆ। ਨਾ ਬਾਦਲ ਆਇਆ, ਨਾ ਬਾਦਲ ਦਾ ਮੁੰਡਾ ਆਇਆ, ਨਾ ਬਿੱਟੂ ਗਿਆ, ਨਾ ਬਾਦਲ ਆਇਆ, ਨਾ ਬਾਦਲ ਸਾਹਿਬ ਦਾ ਬੇਟਾ ਆਇਆ, ਨਾ ਮਨਜਿੰਦਰ ਬਿੱਟੂ ਗਿਆ, ਨਾ ਰੋਜ਼ੀ ਬਰਕੰਦੀ ਗਿਆ, ਨਾ ਗਿਆਨੀ ਗੁਰਬਚਨ ਸਿੰਘ ਆਏ ਉਹਨਾਂ ਦਾ ਆਉਣ ਦਾ ਫਰਜ਼। ਗਿਆ ਕੌਣ? ਕੈਪਟਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਸੁਨੀਲ ਜਾਖੜ, ਰਾਹੁਲ ਗਾਂਧੀ। ਕਾਂਗਰਸ ਦੀ ਲੀਡਰਸ਼ਿਪ ਗਈ ਆਪਦੇ ਗੁਰੂ ਦਾ ਦੁੱਖ ਮਨਾਉਣ ਵਾਸਤੇ, ਪਿੰਡ ਪਿੰਡ ਤੁਰ ਕੇ ਗਏ। ਤੇ ਜਦੋਂ ਰਾਹੁਲ ਗਾਂਧੀ ਨੇ ਆਉਣਾ ਸੀ ਨਾ ਪੰਜਾਬ, ਇਹ ਰਾਜ ਇਹਨਾਂ ਦਾ ਸੀ, ਇਹਨਾਂ ਨੇ ਲਿਖ ਕੇ ਭੇਜਤਾ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਸਿੱਖ ਭੜਕੇ ਵੇ ਹੈ। ਜੇ ਰਾਹੁਲ ਗਾਂਧੀ ਇੱਥੇ ਆਇਆ ਤਾਂ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇੰਟੈਲੀਜੈਂਸੀ ਦੀ ਰਿਪੋਰਟ ਨੇ ਇਹ ਗੱਲ ਲਿਖ ਕੇ ਭੇਜੀ, ਅੱਜ ਵੀ ਕਢਾ ਸਕਦੇ ਹੋ। ਤੇ ਮੈਨੂੰ ਯਾਦ ਹੈ ਮੈਂ ਉਦੋਂ ਆਲ ਇੰਡੀਆ ਦਾ ਪ੍ਰਧਾਨ ਹੁੰਦਾ ਸੀ, ਕਾਂਗਰਸ ਦੇ ਕਈ ਵੱਡੇ ਲੀਡਰਾਂ ਦੇ ਮੈਨੂੰ ਟੈਲੀਫੋਨ ਆਏ ਕਿ ਚੈੱਕ ਕਰ ਲੋ, ਰਾਹੁਲ ਗਾਂਧੀ ਨੇ ਜਾਣਾ, ਬਾਦਲ ਤਾਂ ਉੱਥੇ ਗਿਆ ਨਹੀਂ, ਕੋਈ ਵੱਡੀ ਘਟਨਾ ਨਾ ਵਾਪਰ ਜੇ। ਰਾਜਾ ਵੜਿੰਗ ਸਾਹਿਬ, ਰਾਹੁਲ ਗਾਂਧੀ ਨਾਲ ਗੱਲ ਕਰ ਲੋ ਤੁਸੀਂ ਸਾਰੇ ਪੰਜਾਬ ਵਾਲੇ। ਤੇ ਰਾਹੁਲ ਗਾਂਧੀ 1 ਲੱਖ ਤੇ ਮਾਂ ਦਾ ਪੁੱਤ ਅੜਿਆ ਰਿਹਾ, ਕਹਿੰਦਾ ਮੈਂ ਬਗਰਾੜੀ ਜਾ ਕੇ ਰਹੂੰਗਾ, ਬੇਸ਼ੱਕ ਭਾਵੇਂ ਮੇਰੇ ਗੋਲੀ ਬੱਚੇ, ਮੈਂ ਉਹਨਾਂ ਸਿੱਖਾਂ ਦਾ ਪਤਾ ਲੈ ਕੇ ਆਉਂਗਾ ਜਿਨ੍ਹਾਂ ਦੇ ਗੋਲੀਆਂ ਚੱਲੀਆਂ, ਜਿਹੜੇ ਮਰ ਚੁੱਕੇ ਹੈ, ਮੈਂ ਉਹਨਾਂ ਦੇ ਘਰੇ ਜਾਊਂਗਾ, ਮੈਂ ਉਸ ਗੁਰਦੁਆਰੇ ਜਾਊਂਗਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਬੇਅਦਬੀ ਕੀਤੀ। ਲੋਕਾਂ ਨੇ ਕਿਹਾ ਤੈਨੂੰ ਸਰੋਪਾ ਨਹੀਂ ਦੇਣਾ, ਉਹ ਕਹਿੰਦਾ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ, ਲੇਕਿਨ ਮੈਂ ਜਾ ਕੇ ਰਹੂੰਗਾ। ਤੇ ਰਾਹੁਲ ਗਾਂਧੀ ਤੁਰ ਕੇ ਗੱਡੀ ਤੇ ਨਹੀਂ, 1 ਦਿਨ ਪੂਰਾ ਤੁਰ ਕੇ 12-15 ਕਿਲੋਮੀਟਰ ਪਿੰਡਾਂ ਵਿੱਚ ਵੀ, ਗਲੀਆਂ ਵਿੱਚ ਵੀ ਤੁਰ ਕੇ ਬੰਗਰਾੜੀ ਤੇ